ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੇ? ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤ ਮੌਜੂਦ ਹੈਗੇ ਆ ਬਾਬੇ ਸ਼ੇਰ ਬਹਾਦਰ ਦੇ ਡੇਰੇ ਤੇ। ਤਿੰਨ ਨੁਕਰੇ ਵਚੇਰੇ ਨੇ, ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ। ਰਾਬਤਾ ਨੰਬਰ ਖੁਰਮ ਬਾਈ ਦਾ ਔਰ ਹਾਰਸ ਬੈਲੈਂਸ ਡਾਇਟ ਘੋੜਿਆਂ ਵਾਸਤੇ ਖਾਸ ਮਸਾਲਾ ਤਿਆਰ ਹੈ। ਉਹ ਜਿਸ ਦੋਸਤ ਨੂੰ ਚਾਹੀਦਾ ਹੋਏਗਾ, ਫਰੰਟ ਦੇ ਉੱਤੇ ਮੇਰਾ ਨੰਬਰ ਚੱਲ ਰਿਹਾ ਅਤੇ ਘੋੜਿਆਂ ਵਾਸਤੇ ਵੀਡੀਓ ਦੇ ਕਾਰਨਰ ਦੇ ਵਿੱਚ ਖੁਰਮ ਦਾ ਨੰਬਰ ਚੱਲ ਰਿਹਾ। ਵਛੇਰੇ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ ਸਾਰੇ ਮਾਮਲਾ। ਹਾਂ ਜੀ ਦੋਸਤੋ, ਖੁਰਮ ਬਾਈ ਦਾ ਪਹਿਲਾ ਨੁਕਰਾ ਵਛੇਰਾ। ਵਛੇਰੇ ਨੂੰ ਨਜ਼ਰ ਮਾਰ ਲਓ, ਕੰਨ ਕਨੌਤੀ ਗਰਦਨ ਸੌਂਬ ਗਾਮਚੀ, ਮੇਨ ਚੀਜ਼ਾਂ ਵੇਖਣ ਵਾਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਤੱਕ ਮਾਰੋ, ਬਾਕੀ ਮੌਕੇ ਤੇ ਆ ਕੇ ਤਸੱਲੀ। ਦੇਖੋ ਬਾਈ, ਹਰ ਬੰਦਾ ਆਪਣੀ ਕਰੇ ਜਿਸ ਦੋਸਤ ਪੈਸੇ ਦੇਣ, ਤੇ ਜਿਸ ਫੋਨ ਤੇ ਕਰਨਾ ਸੌਦਾ ਉਹ ਆਪਣੇ ਸਾਰੇ ਮਾਮਲਾਤ ਦਾ ਆਪ ਹੀ ਜ਼ਿੰਮੇਦਾਰ ਹੋਵੇ ਜੀ। ਮਾਸ਼ਾਅੱਲਾ, ਨੁਕਰਾ ਵਛੇਰਾ ਜੀ, ਸੋਮ ਗਮਚੀ। ਵੇਖੋ ਬਾਈ ਜਾਨ, ਤਸੱਲੀ ਕਰੋ, ਅੱਖੀ ਕਾਲੀਆਂ, ਮੱਥਾ ਵੇਖੋ, ਕੰਨ ਅੱਗੇ ਪਿੱਛੇ ਸਭ ਕੁਝ, ਆਪਣੀ ਤਸੱਲੀ ਕਰੋ ਬਾਈ ਜਾਨ। ਕੰਨ ਕਨੌਤੀ ਗਰਦਨ ਵਛੇਰੇ ਦੀ ਜੋੜ ਮੁੱਠੇ ਪੁੱਠਾ, ਇਹਨੂੰ ਦੁੜਕਾ ਫਿਰਾ ਬਾਅਦ ਵਿੱਚ ਤੁਹਾਨੂੰ ਉਹ ਵਛੇਰਾ ਖਾਂਦੇ ਆ, ਫਿਰ ਇੱਕ ਹੋਰ ਵਛੇਰਾ ਉਹ ਵੀ ਖਾਂਦੇ। ਵਛੇਰੇ ਦੀਆਂ ਕਾਂ ਦੀਆਂ ਨੁਕਰਾਂ ਵੇਖੇ ਨਾ ਸਗੀਰ ਬਾਏ। ਪੁਰਾਂ ਬਾਈ, ਵਛੇਰੇ ਦੀ ਕੀ ਉਮਰ ਹੈ? 4 ਮਹੀਨੇ ਜੀ। 4 ਮਹੀਨੇ ਜੀ ਬਾਈ ਜਾਨ, ਉਹ ਪੱਟੀ ਵਾਲਾ ਵਛੇਰੇ ਆ ਜਾਓ ਬਾਈ ਜਾਨ, ਵੇਖ ਲਓ ਜੀ, ਅਜੇ ਤਾਂ ਬੱਚਾ ਵੇ ਰਸਤਾ ਹੀ ਹੁਣ ਪਾਇਆ ਨਾ। ਅੱਛਾ ਜੀ, ਉਹ ਮਾਂ ਤਰੋੜੂ ਆਸੇ ਨਾ ਬਾਈ ਜਾਨ। ਅੱਛਾ, ਇਸ ਵਜ੍ਹਾ ਤੋਂ ਰਸਤਾ ਪਾਇਆ ਜੀ। ਅੱਖੀ ਅੱਖੀ ਕਾਲੀਆਂ ਬਾਈ ਜਾਨ, ਵੇਖ ਲਓ ਸਕਦੇ ਹੋ, ਆ ਜਾ, ਮੱਥਾ ਬਿਲਕੁਲ ਸਾਫ਼ ਨਹੀਂ, ਮੱਥੇ ਵਾਲੀ ਗੱਲ ਨਹੀਂ। ਨਹੀਂ ਯਾਰ, ਸਾਡਾ ਤਾਂ ਹੱਕ ਬਣਦਾ ਨਾ ਦੱਸਣਾ ਜੀ, ਦੋਵੇਂ ਅੱਖੀ ਕਾਲੀਆਂ। ਬਸ ਬਸ ਗੱਲ ਕਰੇ, ਹੁਣ ਵੇਟ ਮਾਰੋ ਇਲਾਜ। ਹੱਥਾਂ ਪੈਰਾਂ ਦਾ ਸਾਫ ਪਹਿਲੀਆਂ ਰੰਗਾਂ ਜੀ। ਅੱਛਾ ਜੀ ਬਾਈ, ਇਹ ਕਿਹੜੇ ਮਾਂ ਪਿਓ ਦਾ? ਇਹ ਬਾਈ ਅਮਾਨਤ ਜੱਪੇ ਵਾਲੇ ਘੋੜੇ ਦਾ ਬੱਚਾ ਜੀ। ਅਮਾਨਤ ਜੱਪੇ ਵਾਲੇ ਘੋੜੇ ਦਾ ਬੱਚਾ ਜੀ। ਹਾਂ, ਮਾਂ ਇਸ ਦੀ ਬਾਈ ਜਾਨ ਦੁੱਲੇ ਸਿਆਲ ਵਾਲੇ ਘੋੜੇ ਦੀ ਹੈ, ਜਿਹੜਾ ਲਾਹੌਰ ਬਹਿਰੀਆ ਟਾਉਣ ਗਿਆ ਜੀ। ਅੱਛਾ, ਦੁੱਲੇ ਵਾਲੇ ਦੀ ਮਾਂ? ਉਹਦੀ ਧੀ ਹੈ ਨਾ, ਤੇ ਇਹਦੀ ਮਾਂ ਹੋਈ ਜੀ। ਜੀ ਹਾਂ ਜੀ ਹਾਂ, ਉਸ ਘੋੜੇ ਦੀ ਧੀ ਹੈ ਜੀ। ਨਸਲੂ ਤਾਂ ਬਾਈ ਜਾਨ ਹਰ ਪਾਸੋਂ ਘੱਟ ਕੋਈ ਨੀ, ਨਾ ਮਾਂ ਵੱਲ ਤੇ ਨਾ ਪਿਓ ਵੱਲ ਜੀ। ਜੀ ਬਾਈ ਜਾਨ ਖਾਸ ਦੇਸੀ ਜੀ। ਜੀ ਫਕੀਰ ਖਾਨ ਵਛੇਰੇ ਦੀ ਕਲੌਤੀ ਵੇਖ, ਗਰਦਨ ਵੇਖ, ਬੁੱਥੀ ਵੇਖ। ਜੀ ਹਾਂ, ਹਰ ਪਾਸੋਂ ਪੂਰਾ, ਜਿਤਨਾ ਅਰਸਾ ਹੋ ਗਿਆ ਸਾਨੂੰ ਕੰਮ ਕਰੇ, ਇਹੋ ਜਿਹਾ ਵਛੇਰਾ ਸਾਡੇ ਕੋਲ ਨਹੀਂ ਆਇਆ ਬਾਈ ਜਾਨ। ਜੀ ਹਾਂ, ਖੁਰਮ ਇਹਦੀ ਕੀ ਡਿਮਾਂਡ ਕਰਦਾ? ਡਿਮਾਂਡ 9 ਲੱਖ ਰੁਪਇਆ ਜੀ। 9 ਲੱਖ ਜੀ। ਅੱਛਾ ਖੁਰਮ, 9 ਲੱਖ ਜੀ ਕੋ ਰਹਿਤ ਜ਼ਰੂਰ, ਪਿਆਰ ਮੁਹੱਬਤ ਹੋ ਜਾਸੀ ਜੀ। ਅੱਛਾ ਜੀ ਬਾਈ ਜਾਨ, ਕਿੰਨਾ ਮੁੱਲ ਹੈ ਸਿਰਫ? ਜੀ ਇਹ ਡਿਮਾਂਡ ਹੈ ਬਾਈ ਜਾਨ, ਫਾਈਨਲ ਮੁੱਲ ਨਹੀਂ ਜੀ। ਅੱਛਾ ਜੀ ਹਾਂ, ਚਲੋ ਜਿਹੜਾ ਕੋਈ ਬਾਈ ਲੈਣ ਵਾਲਾ ਹੋਗਾ ਉਹਨਾਂ ਜ਼ਰੂਰ ਪਿਆਰ ਮੁਹੱਬਤ ਹੋ ਜਾਸੀ। ਹਾਂ ਜੀ ਦੋਸਤੋ, ਖੁਰਮ ਬਾਈ ਦਾ ਦੂਸਰਾ ਨੁਕਰਾ ਵਛੇਰਾ। ਸੋਹਣਿਓ, ਵਛੇਰਾ ਨੂੰ ਨਜ਼ਰ ਮਾਰ ਲਓ, ਸੌਂਬ ਗਮਚੀ ਵੇਖੋ ਵਛੇਰੇ ਦੀ, ਅੱਖੀ ਵੇਖੋ ਬਾਈ ਜਾਨ, ਸੀਨਾ ਕਲੌਤੀ, ਮੱਥਾ, ਸੀਨਾ ਵੇਖੋ, ਸੀਨੇ ਬਾਈ ਜਾਨ ਅਲੇਫ ਜੀ। ਅੱਛਾ, ਤੱਕੋ ਨਾ ਬਾਈ ਜਾਨ,
ਸੀਨਾ ਚੱਲੇ ਸੀ ਜੀ, ਮੱਥਾ ਬਿਲਕੁਲ, ਅੱਖੀ ਦਾ ਸਾਫ ਬਿਲਕੁਲ, ਬੱਚਾ ਬਾਈ ਅੱਲਾ ਮਾਫੀ ਦੇ ਕੋਈ ਗੱਲ ਆ ਖੁਰਾ ਮੈਨੂੰ ਦੁੜਕਾ ਨੀ ਪਰ ਪੁੱਠੇ ਨੂੰ ਨਜ਼ਰ ਮਾਰ ਲਓ ਬਛੇਰੇ ਦੇ ਮਾਸ਼ਾਅੱਲਾ ਬੰਦ ਕਰ ਆ ਸੋਹਣਿਆ ਮਾਸ਼ਾਅੱਲਾ ਦੀ ਡੇਰ ਕੁਰਮ ਬਾਈ ਕੋ ਲੈ ਲੈਂਦੇ ਆ ਵਿਚਾਰੇ ਦੀ ਸਾਰੀ ਔਰ ਤੁਹਾਡੇ ਨਾਲ ਸ਼ੇਅਰ ਕਰਨੇ ਆ। ਗਰਮੀ ਬਹੁਤ ਜ਼ਿਆਦਾ ਔਰ ਕਮ ਅਜ਼ ਕਮ ਮਾਸ਼ਾਅੱਲਾ ਸਾਡੇ ਵੀਰਾਂ ਤੱਕ ਤਾਂ ਯਕੀਨਨ ਇੱਕ ਅੰਗੂਠੇ ਦੇ ਟੱਚ ਦੇ ਵਿੱਚ ਜਨਾਬ ਵੀਡੀਓ ਪਹੁੰਚਦੀ ਪਈ ਹੈ ਔਰ ਤਿੰਨ ਚਾਰ ਵਾਰੀ ਮੋਬਾਈਲ ਹੀਟ ਹੋ ਚੁੱਕਾ ਅਤੇ ਫਿਰ ਜਾ ਕੇ ਵੀਡੀਓ ਬਣੇਗੀ, ਪਤਾ ਨਹੀਂ ਹੋਰ ਕਿੰਨੀ ਵਾਰੀ ਆਉਣਾ ਇਹਨੇ। ਖੈਰ ਚਲੋ ਇਹ ਸਾਡੇ ਮਾਮਲਾਤ ਨੇ, ਬਾਕੀ ਇਹਦੀ ਡਿਟੇਲ ਸ਼ੇਅਰ ਕਰਨੇ ਆ। ਛੇ ਮਹੀਨੇ ਜੀ, ਪੱਕੀ ਛੇ ਮਹੀਨੇ ਗਰੰਟੀ ਸ਼ੁਦਾ ਬਾਈ ਜੀ, ਆ ਜਾਓ ਬਾਈ ਜਾਨ ਵੇਖੋ ਜੀ, ਬਸ 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 ਸੱਲੀ ਕਰੋ ਬਾਈ ਜਾਨ, ਅੱਖੀ ਦਵੇ ਕਾਲੀਆਂ ਬਾਈ ਜਾਨ, ਨਾ ਬਾਈ ਜਾਨ ਬਿਲਕੁਲ ਸਫੈਦ ਨੁਕਰਾ ਜੀ ਜੀ ਬਾਈ ਜਾਨ, ਹੱਥਾਂ ਪੈਰਾਂ ਦਾ ਸਾਫ, ਅੱਖੀ ਦਵੇ ਕਾਲੀਆਂ ਬਾਈ ਜਾਨ, ਕੰਨ ਛੋਟਾ ਕੰਨ ਬਾਈ ਜਾਨ, ਚੌੜਾ ਸੀਨਾ, ਚੌੜਾ ਪੁੱਠਾ ਬਾਈ ਜਾਨ, ਸੀਨੇ ਬਾਈ ਜਾਨ ਵੇਖੋ ਨਾ ਅੱਲੇ ਫੇ ਜੀ, ਇਹੋ ਜਿਹਾ ਤਾਂ ਮੁਕੱਦਰਾਂ ਵਾਲਾ ਗੋੜੀ ਗੋੜਾ ਹੁੰਦਾ ਜੀ, ਇਹ ਸ਼ਾਹ ਤਾਜ ਦਾ ਬੱਚਾ ਜੀ ਜੀ ਹਾਂ ਜੀ, ਅੱਲਾ ਦਿੱਤੇ ਆਲੇ ਦਾ ਜੀ ਜੀ ਬਾਈ, ਅੱਲਾ ਦਿੱਤੇ ਦਾ ਤਾਂ ਹੈ ਚੜਦਾ ਸੂਰਜ, ਨਹੀਂ ਨਹੀਂ ਉਹ ਸ਼ਾਹ ਤਾਜ ਹੀ ਉਸ ਕੋਲ ਹੈ ਜੀ, ਸ਼ਾਹ ਤਾਜ ਦਾ ਜੀ ਹਾਂ ਜੀ, ਕੁੱਲ ਦੋ ਗੋੜੇ ਹਨ ਬਾਈ ਜਾਨ, ਕਿੱਡਾ ਕੱਦ ਕਰ ਵੇ ਬਾਈ ਜਾਨ, ਤਕਰੀਬਨ 62 63 ਇੰਚ ਤੱਕ ਆ ਤੇ ਅਸੀਂ ਕਿਉਂ ਪਿਓ ਦਾ ਹੀ ਸਹਿ ਕਰ ਦਿੱਤਾ, ਕੋ ਮਾਂ ਵੀ ਬੜੀ ਵੱਡੀ ਹੈ ਜੀ ਆ, ਦੇਖੋ ਨਾ ਬਾਈ ਜੀ ਦੁਕਾਨ ਨਾਲ ਵੇਖੇ ਨਾ ਇਹੋ ਜੀ, ਤਾਂ ਛੋਟੀ ਕਨੌਤੀ ਤੇ ਜੋੜਵਾ ਕੰਨ ਕਿਸੇ ਆਮ ਬੱਚੇ ਦਾ ਉਸੇ ਜੀ ਜੀ ਬਾਈ, ਪਿੱਛੇ ਪੁੱਠੇ ਵਾਲ ਬਾਤ ਵੇਖੋ ਸਗੀਰ ਖਾਂ, ਦਸ ਲੱਖ ਰੁਪਇਆ ਜੀ ਜੀ ਬਾਈ ਜਾਨ, ਇੱਕ ਗੱਲ ਦੱਸੋ ਜੀ ਬਾਈ, ਭਲਾ ਇਹ ਜਿਹੜਾ ਰੇਟ ਮੰਗਦੇ ਹੋ, ਇਤਨਾ ਰੇਟ ਕਦੀ ਦਿੱਤਾ ਵੀ ਹੈ ਤੁਹਾਨੂੰ ਕਿਸੇ? ਬਾਈ ਜਾਨ ਅਸੀਂ ਜਾਇਜ਼ ਪੈਸੇ ਮੰਗਦੇ ਹਾਂ, ਇਤਨੇ ਵਾਧੂ ਕੋਈ ਸੇ ਮੰਗਦੇ ਜੀ, ਤੈਨੂੰ ਪਤਾ ਹੈ ਅੱਜ ਨਾ ਸਿਆਣਾ ਦਾ ਖਾੜ, 100 ਦੀ ਚੀਜ਼ ਹੋਵੇ ਨਾ ਤੇ 100 ਵੀ ਮੰਗੀਏ ਤਾਂ ਕੋਈ ਨਹੀਂ ਦਿੰਦਾ ਜੀ, ਰਿਆਇਤ ਕੀ ਆਂਦਾ ਕਰਨੀ ਪਊ, ਰਿਆਇਤ ਜ਼ਰੂਰ ਕਰਨੀ ਪਊ। ਅੱਛਾ ਜੀ ਆ ਬਾਈ, ਚਲੋ ਮਤਲਬ ਇਹ ਕਿ ਡਿਸਕਾਊਂਟ ਇਹਦੇ ਵਿੱਚ ਹੋਵੇ, ਹੋ ਜਾਸੀ ਜ਼ਰੂਰ ਹੋ ਜਾਸੀ ਬਾਈ ਜੀ। ਹਾਂ ਜੀ ਦੋਸਤੋ, ਖੁਰਮ ਬਾਈ ਦਾ ਤੀਸਰਾ ਨੁਕਰਾ ਵਛੇਰਾ, ਵਛੇਰੇ ਨੂੰ ਨਜ਼ਰ ਮਾਰ ਲਓ ਸਜਣਾ, ਸੰਭ ਗੰਭੀਰ ਵੀਰ ਸਾਹਿਬ ਇਸ ਵਾਰੇ ਤੋਂ ਸੇ ਬੜੇ ਦੂਰੂ ਕਲੈਵੈਂਟ ਤੇ ਬੜੇ ਅੱਛਾ ਅੱਛੀਆਂ ਚੀਜ਼ਾਂ ਕੱਢੀਆਂ ਜੀ, ਅੱਛਾ ਮਾਰ ਮੱਥਾ ਚੈੱਕ ਕਰ, ਫੇਕ ਕੰਨ ਵੇਖ, ਅੱਖੀ ਵੇਖ,
ਇਹਨਾਂ ਵਛੇਰਿਆਂ ਦੇ ਪੈਸੇ ਉਸ ਬੰਦੇ ਫੜਨਾ ਜੇ ਤਾਂ ਐਡਾ ਵੱਡਾ ਜਿਗਰ ਹੋਵੇ। ਅੱਛਾ ਯਾਰ, ਛੋਟੇ ਜਿਗਰ ਵਾਲਾ ਨਹੀਂ ਲੈ ਸਕਦਾ। ਜੋੜ ਮੁੱਠੇ ਬਸ ਬਸ ਨਜ਼ਰ ਮਾਰ ਲੈਣੀ ਆ। ਦੋਸਤੋ ਗੱਲ ਇਹ ਹੈ ਵੀ ਵੀਡੀਓ ਦੇ ਵਿੱਚ ਜਿਤਨੀ ਇੱਕ ਤਸੱਲੀ ਹੋ ਸਕਦੀ ਉਤਨੀ ਇੱਕ ਸਕਰਵਾ ਦਿੰਦੇ ਹਾਂ, ਤੇ ਬਾਕੀ ਮੌਕਾ ਚੈੱਕ ਕਰਨਾ ਉਹ ਸਾਈਆਂ ਦਾ ਕੰਮ ਹੈ। ਸਾਡਾ ਕੰਮ ਹੈ ਚੀਜ਼ ਪੁਆਇੰਟ ਆਊਟ ਕਰਨੀ ਵੀ ਯਾਰ ਇਹ ਵੇਖ ਲਓ ਫਲਾਣੇ ਬੰਦੇ ਕੋਲ ਫਲਾਣੀ ਚੀਜ਼ ਖੜੀ ਹੈ। ਮਾਸ਼ਾ ਅੱਲਾਹ, ਚਲੋ ਜੀ ਵਛੇਰੇ ਦੀ ਡਿਟੇਲ ਲੈਣੀ ਆ ਜੀ। ਕੰਨ ਵੇਖ ਵਛੇਰੇ ਦਾ ਸੀਨਾ ਪੁੱਟਾ ਨਾ ਜੀ, ਬਿਲਕੁਲ ਸਫੈਦ ਨੁਕਰੇ ਜੀ ਜੀ ਬਾਈ ਜਾਨ, ਹੱਥਾਂ ਪੈਰਾਂ ਦਾ ਬਿਲਕੁਲ ਸਾਫ ਸੋਲਾ ਆਨੇ ਜੀ ਜੀ ਬਾਈ ਜਾਨ, ਖਾਸ ਦੇਸੀ ਬਰੀਡ ਹੈ ਜੀ। ਇਨਸ਼ਾਅੱਲਾ ਹੋ ਜਾਸੀ ਜੀ, ਸੁਣ ਰੱਬ ਨੂੰ ਚਾਹ। ਇਹਦੀ ਮਾਂ ਕਿਹੜੇ ਰੰਗ ਦੀ ਹੈ? ਉਹ ਜੀ ਨੁਕਰੀ ਆ ਜੀ ਜੀ ਬਾਈ ਜਾਨ। ਬਾਰਾਂ ਲੱਖ ਰੁਪਇਆ ਜੀ, ਬਾਰਾਂ ਲੱਖ ਰੁਪਇਆ ਜੀ ਬਾਈ ਜਾਨ। ਬਾਰਾਂ ਲੱਖ ਜ਼ਰੂਰ ਹੋ ਜਾਸੀ ਪਿਆਰ ਬਾਬਾ, ਹੋ ਜਾਸੀ ਜੀ, ਹੋ ਜਾਸੀ। ਜੀ ਬਾਈ ਜਾਨ, ਕਾਲੀਆਂ ਤੋਂ ਤਸੱਲੀਆਂ ਕਰੋ ਬਾਈ ਜਾਨ।